ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਰਪ੍ਰੀਤ ਕੌਰ ਬੋਲ ਰਹੀ ਹਾਂ ਜੀ। ਮੈਂ ਮੁਕਤਸਰ ਦੇ ਰਹਿਣ ਵਾਲੀ ਹਾਂ ਜੀ। ਅਤੇ ਵੀ ਮੇਰਾ ਆਪਰੇਸ਼ਨ ਤੋਂ ਪਹਿਲਾਂ 1 ਕੁਇੰਟਲ 24 ਕਿਲੋ ਵਜ਼ਨ ਸੀ ਜੀ। ਅੱਜ ਮੇਰਾ ਵਜ਼ਨ 32 ਕਿਲੋ ਘੱਟ ਗਿਆ ਜੀ। ਮੈਂ ਬਹੁਤ ਖੁਸ਼ ਹਾਂ। ਅਸੀਂ ਡਾਕਟਰ ਐਮ ਐਸ ਸੂਦ ਤੋਂ ਬਹੁਤ ਹੀ ਖੁਸ਼ ਹਾਂ। ਇਹਨਾਂ ਦਾ ਵਜ਼ਨ 1 ਕੁਇੰਟਲ 24 ਕਿਲੋ ਸੀ, ਹੁਣ 32 ਕਿਲੋ ਘੱਟ ਗਿਆ। ਇਹ ਬਹੁਤ ਖੁਸ਼ ਆ। ਕੰਮ ਧੰਦਾ ਨੋਰਮਲ ਕਰਦੇ ਆ। ਕਿਸੇ 'ਚ ਡਿਪਰੈਸ਼ਨ ਦੀ ਗੋਲੀ ਲੈ ਰਹੇ ਸੀ 6 ਸਾਲ ਤੋਂ, ਉਹ ਵੀ ਬੰਦ ਹੈ ਜੀ। ਕੋਈ ਬੀ ਪੀ ਦੀ ਪ੍ਰੋਬਲਮ ਨਹੀਂ ਹੈ। ਹੁਣ ਇਹ ਸਾਰਾ ਕੰਮ ਆਪਦਾ ਕਰ ਲੈਂਦੇ, ਸੈਰ ਤਿਕਰ ਕਰਦੇ ਆ ਜੀ। ਕਿਸੇ ਤਕਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ। ਬਹੁਤ ਖੁਸ਼ ਹਾਂ ਅਸੀਂ ਇਹਨਾਂ ਤੋਂ, ਸਟਾਫ ਤੋਂ ਵੀ ਅਤੇ ਡਾਕਟਰ ਸਾਹਿਬ ਤੋਂ ਵੀ, ਜਿਨ੍ਹਾਂ ਨੇ ਸਾਨੂੰ ਅਸੀਂ ਡੀਲ ਕੀਤੀ ਅਤੇ ਸਾਨੂੰ ਕੁਦਰਤੀ ਮੇਲ ਬਣਿਆ। ਸਾਡੇ ਕਿਸੇ ਰਿਸ਼ਤੇਦਾਰ ਨੇ ਸਾਨੂੰ ਦੱਸਿਆ ਅਤੇ ਅਸੀਂ ਉਹਨਾਂ ਦੇ ਦੱਸਣ 'ਤੇ ਇੱਥੇ ਆਏ, ਆ ਕੇ ਮਿਲੇ। ਸਾਨੂੰ ਬਹੁਤ ਵਧੀਆ ਲੱਗਿਆ ਜੀ। ਆਪਰੇਸ਼ਨ ਤੋਂ ਬਾਅਦ ਤਾਂ ਬਹੁਤ ਹੀ ਖੁਸ਼ ਹਾਂ ਅਸੀਂ। ਮੈਂ ਵੀਡੀਓ ਦੇ ਦੁਆਰਾ ਸਾਰਿਆਂ ਨੂੰ ਇਹ ਗੱਲ ਪ੍ਰੇਰਿਤ ਕਰਦਾ ਹਾਂ ਕਿ ਡਾਕਟਰ ਸਾਹਿਬ ਨੂੰ ਆ ਕੇ ਮਿਲੋ, ਜਿਹੜੇ ਮੋਟਾਪੇ ਤੋਂ ਪਰੇਸ਼ਾਨ ਹਨ। ਕਿਉਂਕਿ ਇਹ ਨਾ ਤਾਂ ਢੂਈ ਵਿੱਚ ਟੀਕਾ ਲਾਉਂਦੇ ਕੋਈ ਵੀ, ਨਾ ਇਹਨਾਂ ਨੇ ਕੋਈ ਸਾਨੂੰ ਜ਼ਿਆਦਾ ਬੈੱਡ ਰੈਸਟ ਦੇਣਗੇ, ਦੱਸਣਗੇ ਜੀ, ਜਿਹੜੇ ਕਿ ਆਪਾਂ ਨੂੰ ਬਾਅਦ ਵਿੱਚ ਪਰੇਸ਼ਾਨੀ ਹੋਵੇ। ਵੀ ਮੰਨ ਲਾ ਢੂਈ ਵਾਲੇ ਟੀਕੇ ਦੀ ਕੋਈ ਪ੍ਰੋਬਲਮ ਨਹੀਂ, ਸਾਨੂੰ ਨਾ ਲਾਉਂਦੇ ਹੀ ਨਹੀਂ ਗਏ ਜੀ, ਅਤੇ ਨਾ ਹੀ ਇਹ ਕੋਈ ਸਾਨੂੰ ਬੈੱਡ ਰੈਸਟ ਜ਼ਿਆਦਾ ਕਰਨ ਨੂੰ ਕਹਿ ਰਹੇ ਆ। ਠੀਕ ਹੈ ਜੀ। ਅਤੇ ਜਿਹੜੇ ਵੀ ਪੇਸ਼ੈਂਟ ਹਨ, ਜਲਦੀ ਤੋਂ ਜਲਦੀ ਮੰਨ ਲਾ ਮਿਲਣ ਅਤੇ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਆਪਦਾ ਆਪਰੇਸ਼ਨ ਕਰਾਉਣ ਦਾ ਜਲਦੀ ਜਲਦੀ ਮਨ ਬਣਾਉਣ।